ਹਾਲਾਂਕਿ ਇਹਨਾਂ ਦਾ ਕਹਿਣਾ ਕਿ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਇੱਥੇ ਹੀ ਬਹਿ ਕੇ ਪ੍ਰੋਟੈਸਟ ਕਰਨਗੇ, ਲੇਕਿਨ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਦਿੱਤਾ ਗਿਆ। ਹਾਲਾਂਕਿ ਪੁਲਿਸ ਦੇ ਨਾਲ ਹਲਕੀ ਫੁਲਕੀ ਇਹਨਾਂ ਦੀ ਬਹਿਸਬਾਜ਼ੀ ਹੋਈ ਹੈ, ਹਲਕਾ ਧੱਕਾ ਮੁੱਕੀ ਹੋ ਰਹੀ ਹੈ ਤੇ ਪੁਲਿਸ ਨੂੰ ਹੁਣ ਇਹਨਾਂ ਨੂੰ ਖਦੇੜਦੀ ਨਜ਼ਰ ਆ ਰਹੀ ਹੈ। ਤਸਵੀਰਾਂ ਚੰਡੀਗੜ੍ਹ ਨਗਰ ਨਿਗਮ ਦੇ ਸੈਕਟਰ 17 ਬਾਹਰ ਦੀ ਤਸਵੀਰਾਂ ਨੇ, ਜਿੱਥੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਤੇ ਸਮਰਥਕਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਹੈ, ਪਹਿਲਾਂ ਹੀ ਬੈਰੀਕੇਟਿੰਗ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਤੇ ਕਿਸੇ ਨੂੰ ਵੀ ਅੱਗੇ ਵਧਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਸੀ, ਇਹ ਪਹਿਲਾਂ ਹੀ ਕਲੀਅਰ ਸੀਗਾ। ਲੇਕਿਨ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਅੰਦਰ ਜਾ ਕੇ ਪ੍ਰੋਟੈਸਟ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਪੈਰਾਮਿਲਟਰੀ ਫੋਰਸ, ਐਕਸਟਰਾ ਪੈਰਾਮਿਲਟਰੀ ਫੋਰਸ ਤੇ ਪੁਲਿਸ ਵੱਲੋਂ ਇਹ ਪ੍ਰੋਟੈਸਟ ਕਰਕੇ ਇਹਨਾਂ ਨੂੰ ਹੁਣ ਖਦੇੜਿਆ ਗਿਆ। ਤਸਵੀਰਾਂ ਦੇਖ ਰਹੇ ਹੋ ਨਗਰ ਨਿਗਮ ਦੇ ਬਾਹਰ ਦੀ, ਇਹ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਸਾਈਡ ਕਰ ਦਿੱਤਾ ਗਿਆ, ਇਹਨਾਂ ਨੂੰ ਰੋਡ ਤੋਂ ਸਾਈਡ ਕਰਨ ਭਾਰਤੀ ਜਨਤਾ ਪਾਰਟੀ ਮੁਰਦਾਬਾਦ, ਧੱਕਾਸ਼ਾਹੀ ਨਹੀਂ ਚਲੇਗੀ, ਤੇ ਕਾਉਂਸਲਰਸ ਵੱਲੋਂ ਹੁਣ ਲੱਗੇ ਉਹਨਾਂ ਨੂੰ ਹੁਣ ਗੱਡੀ ਚ ਪਾ ਕੇ ਡਿਟੇਨ ਕੀਤਾ ਜਾ ਰਿਹਾ, ਡਿਟੇਨ ਪੁਲਿਸ ਵੱਲੋਂ ਕੀਤਾ ਜਾ ਰਿਹਾ ਤੇ ਬੱਸ ਤੇ ਬਿਠਾ ਕੇ ਇਹਨਾਂ ਨੂੰ ਹੁਣ ਡਿਟੇਨ ਕਰਕੇ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀ ਇਹ ਤਸਵੀਰਾਂ ਨੇ, ਤੇ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ। ਲੱਡੀ ਜੀ ਪੁਲਿਸ ਵੱਲੋਂ ਡਿਟੇਨ ਕੀਤਾ ਜਾ ਰਿਹਾ। ਹਾਂਜੀ, ਧੱਕਾ ਕਰ ਰਹੇ, ਧੱਕਾ ਸਾਡੇ ਨਾਲ ਬੀਜੇਪੀ ਦੀ ਪੁਲਿਸ, ਬੀਜੇਪੀ ਸਰਕਾਰ ਨਹੀਂ ਚਲੇਗੀ। ਤੇ ਬਿਲਕੁਲ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀ ਤਸਵੀਰਾਂ ਨੇ ਜਿੱਥੇ ਡਿਟੇਨ ਕੀਤਾ ਗਿਆ। ਹਾਲਾਂਕਿ ਦੂਜੇ ਪਾਸੇ ਪੁਲਿਸ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਜਾ ਰਹੀ ਹੈ, ਸੰਨੀ ਆਲੂ ਵਾਲਿਆਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਨਗਰ ਨਿਗਮ ਦੇ ਬਾਹਰ ਦੀ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਸੰਨੀ ਆਲੂ ਵਾਲਿਆਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਤੇ ਸੰਨੀ ਆਲੂ ਵਾਲਿਆਂ ਨੂੰ ਹੁਣ ਚੱਕ ਕੇ ਪੁਲਿਸ ਡਿਟੇਨ ਕਰਨ ਦੀ ਤਿਆਰੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਤੇ ਜਿਹੜੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਨੂੰ ਡਿਟੇਨ ਕੀਤਾ ਗਿਆ। ਹਾਲਾਂਕਿ ਉਹਨਾਂ ਵੱਲੋਂ ਅੱਗੇ ਜਾ ਕੇ ਪ੍ਰੋਟੈਸਟ ਕਰਨ ਦੀ ਤਿਆਰੀ ਸੀ, ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਪ੍ਰੇਮ ਲਤਾ ਆਮ ਆਦਮੀ ਪਾਰਟੀ ਦੀ ਕਾਉਂਸਲਰ, ਉਸ ਨੂੰ ਵੀ ਪ੍ਰੋਟੈਸਟ ਕਰਦੇ ਕੀਤਾ ਜਾ ਰਿਹਾ। ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਤਸਵੀਰਾਂ ਨੇ ਤੇ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲਿਆ। ਪੁਲਿਸ ਦਾ ਐਕਸ਼ਨ, ਲੇਡੀ ਕਾਂਸਟੇਬਲ ਤੇ ਪੁਲਿਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਸਾਰਿਆਂ ਨੂੰ ਹੁਣ ਡਿਟੇਨ ਕਰਕੇ ਹੁਣ ਪੁਲਿਸ ਸਟੇਸ਼ਨ ਲੈ ਕੇ ਜਾਂਦੀ ਹੋਈ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਦੇ, ਬਸ ਇਹਨਾਂ ਨੂੰ ਲੈ ਕੇ ਡਿਟੇਨ ਕਰਕੇ ਲੈ ਕੇ ਜਾਂਦੀ ਹੋਈ। ਹਾਲਾਂਕਿ ਪੁਲਿਸ ਨੇ ਹੁਣ ਡਿਟੇਨ ਕਰ ਲਿਆ, ਜਿੰਨੇ ਵੀ ਸਪੋਰਟਰਸ ਇੱਥੇ ਮੌਜੂਦ ਸੀ ਸਾਰਿਆਂ ਨੂੰ ਡਿਟੇਨ ਕਰਕੇ ਹੁਣ ਪੁਲਿਸ ਲੈ ਕੇ ਜਾਂਦੀ ਹੋਈ।
ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਗਰ ਨਿਗਮ ਦੇ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਅੰਦਰ ਵੜਨ ਦੀ ਕੋਸ਼ਿਸ਼ ਕਰ ਪ੍ਰੋਟੈਸਟ ਕਰਦੇ ਹੋਏ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਡਿਟੇਨ ਕਰ ਲਿਆ ਗਿਆ ਤੇ ਹੁਣ ਪੂਰੀ ਐਕਸਟਰਾ ਪੈਰਾਮਿਲਟਰੀ ਫੋਰਸ ਨਗਰ ਨਿਗਮ ਦੇ ਬਾਹਰ ਲਾ ਦਿੱਤੀ ਗਈ ਹੈ। ਕਿਸੇ ਨੂੰ ਵੀ ਅੱਗੇ ਵੜਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਤੇ ਪੂਰਾ ਇੱਥੇ ਏਰੀਆ ਜਿਹੜਾ ਨਗਰ ਨਿਗਮ ਦਾ ਉਹ ਵੀ ਸੀਲ ਕਰ ਦਿੱਤਾ ਗਿਆ। ਦੂਜੀ ਬੱਸ ਦੇ ਵਿੱਚ ਹੁਣ ਜਿੰਨੇ ਹੋਰ ਕਾਉਂਸਲਰਸ ਨੇ ਜਾਂ ਹੋਰ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਨੂੰ ਵੀ ਲੈ ਕੇ ਹੁਣ ਜਾਂਦੇ ਹੋਏ ਤੇ ਸਾਰਿਆਂ ਨੂੰ ਅੰਦਰ ਡਿਟੇਨ ਕਰਕੇ ਪੁਲਿਸ ਸਟੇਸ਼ਨ 'ਚ ਲੈ ਕੇ ਜਾਂਦੀ ਹੋਈ ਦੀ ਤਸਵੀਰਾਂ, ਹਾਲਾਂਕਿ ਧੱਕਾ ਮੁੱਕੀ ਹੋਈ ਹੈ ਪੁਲਿਸ ਦੇ ਨਾਲ ਤੇ ਦੂਜੇ ਸੰਨੀ ਆਹਲੂਵਾਲੀਆ ਉਹਨਾਂ ਨੂੰ ਵੀ ਡਿਟੇਨ ਕਰਕੇ ਲੈ ਜਾ ਰਿਹਾ। ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਹੁਣ ਡਿਟੇਨ ਕਰਕੇ ਲੈ ਕੇ ਜਾਇਆ ਜਾ ਰਿਹਾ ਤੇ ਪੁਲਿਸ ਦੇ ਸੀਨੀਅਰ ਅਫਸਰ ਵੀ ਇੱਥੇ ਮੌਜੂਦ ਹੈ। ਪਹਿਲਾਂ ਹੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਪੁਲਿਸ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਸੀਗਾ ਇੱਥੇ ਬੈਠਣ ਦੀ ਪਰਮਿਸ਼ਨ ਨਹੀਂ ਹੈ, ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਤੇ ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਸੀ ਕਿ ਅਸੀਂ ਇੱਥੋਂ ਨਹੀਂ ਉੱਠਣਗੇ ਜਦ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀ। ਤੇ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ, ਚੰਡੀਗੜ੍ਹ ਦੇ ਸੈਕਟਰ 17 ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ। 30 ਜਨਵਰੀ ਨੂੰ ਹੋਏ ਮੇਅਰ ਇਲੈਕਸ਼ਨ ਦੇ ਮੱਦੇਨਜ਼ਰ ਲਗਾਤਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਤੇ ਅੱਜ ਦਾ ਇਹ ਪ੍ਰੋਟੈਸਟ ਹੀ ਅਨਸ਼ਨ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ। ਸਾਫ਼ ਤੌਰ 'ਤੇ ਕਿਹਾ ਜੀਗਾ ਅੱਜ ਤੋਂ ਇਹ ਨਗਰ ਨਿਗਮ ਦੇ ਬਾਹਰ ਬੈਠਿਆ ਜਾਏਗਾ, ਪ੍ਰੋਟੈਸਟ ਕੀਤਾ ਜਾਏਗਾ। ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ, ਸੰਨੀ ਆਹਲੂਵਾਲੀਆ ਨੂੰ ਲੈ ਕੇ ਜਾਂਦੇ ਹੋਏ, ਉਹਨਾਂ ਦੇ ਸਾਥੀਆਂ ਨੂੰ ਲੈ ਕੇ ਜਾਂਦੇ ਹੋਏ, ਪ੍ਰੋਟੈਸਟ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਹੋਏ ਪੁਲਿਸ ਵੱਲੋਂ ਭਾਰੀ ਹੰਗਾਮਾ ਹੋਇਆ, ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਪੁਲਿਸ ਨੇ ਪੂਰਾ ਇਹ ਮੋਰਚਾ ਸਾਂਭਦੇ ਹੋਏ ਐਕਸਟਰਾ ਪੈਰਾਮਿਲਟਰੀ ਫੋਰਸਿਸ ਵੀ ਇੱਥੇ ਲਾਈ ਹੈ ਤੇ ਪੂਰਾ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਸੰਨੀ ਆਹਲੂਵਾਲੀਆ ਤੇ ਉਹਨਾਂ ਦੇ ਸਾਥੀਆਂ ਨੂੰ ਡਿਟੇਨ ਕਰ ਲਿਆ ਗਿਆ ਤੇ ਸਹਿ ਪ੍ਰਭਾਰੀ ਨੇ ਸੰਨੀ ਆਹਲੂਵਾਲੀਆ, ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੇ, ਹੋਰ ਉਹਨਾਂ ਦੇ ਸਪੋਰਟਰਸ ਨੇ, ਉਹਨਾਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਤੇ ਨਗਰ ਨਿਗਮ ਦੇ ਨੇੜੇ ਤੇੜੇ ਪੂਰੀ ਫੋਰਸ ਲਾ ਦਿੱਤੀ ਗਈ ਹੈ, ਪੁਲਿਸ ਫੋਰਸ ਲਾ ਦਿੱਤੀ ਗਈ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਸਾਰੇ ਨੂੰ ਡਿਟੇਨ ਕਰ ਲਿਆ ਗਿਆ, ਪੁਲਿਸ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀਗਾ ਇਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਲੇਕਿਨ ਜਿੱਦਾਂ ਹੀ ਇਹ ਅੱਗੇ ਵਧੇ ਤੇ ਪੂਰਾ ਪੁਲਿਸ ਫੋਰਸ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੂਰਾ ਏਰੀਆ ਸੀਲ ਕਰ ਦਿੱਤਾ ਗਿਆ, ਪੂਰਾ ਨਗਰ ਨਿਗਮ ਦੇ ਬਾਹਰ ਪੁਲਿਸ ਫੋਰਸ ਐਕਸਟਰਾ ਪੈਰਾਮਿਲਟਰੀ ਫੋਰਸ ਲਾ ਦਿੱਤੀ ਗਈ ਹੈ। ਕਿਸੇ ਨੂੰ ਵੀ ਹੁਣ ਇੱਥੇ ਖੜਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਤੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਕਿ ਇਸ ਟਾਈਮ ਕੀ ਹਾਲਾਤ ਨੇ, ਮੌਜੂਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਤੇ ਪੂਰਾ ਡਿਟੇਨ ਕਰਕੇ ਇਹਨਾਂ ਨੂੰ ਲੈ ਕੇ ਜਾਂਦੇ ਹੋਏ ਚੰਡੀਗੜ੍ਹ ਦੇ ਸੈਕਟਰ 17 ਨਗਰ ਨਿਗਮ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਸਾਰਿਆਂ ਨੂੰ ਡਿਟੇਨ ਕਰਕੇ ਇੱਥੋਂ ਲਿਜਾਇਆ ਗਿਆ ਤੇ ਪੁਲਿਸ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਸੀਗਾ ਕਿ ਇੱਥੇ ਪ੍ਰੋਟੈਸਟ ਨਹੀਂ ਕਰ ਸਕਦੇ। ਹੁਣ ਸਾਰਿਆਂ ਨੂੰ ਇੱਥੋਂ ਖਦੇੜਿਆ ਜਾ ਰਿਹਾ, ਤਸਵੀਰਾਂ ਪੁਲਿਸ ਵੱਲੋਂ ਇੱਥੋਂ ਸਾਰਿਆਂ ਨੂੰ ਹੁਣ ਖਦੇੜਿਆ ਗਿਆ, ਜਿੰਨੇ ਵੀ ਹੋਰ ਵੀ ਲੋਕ ਇੱਥੇ ਖੜੇ ਸੀਗੇ ਕਿਸੇ ਨੂੰ ਵੀ ਇੱਥੇ ਖੜਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀਗਾ ਉਹ ਵੀ ਪੁਲਿਸ ਵੱਲੋਂ ਚੁਕਾ ਦਿੱਤਾ ਗਿਆ ਤੇ ਹੋਰ ਜਿੰਨੇ ਵੀ ਪੁਲਿਸ ਫੋਰਸ ਨੇ, ਹੋਰ ਜਿੰਨੇ ਵੀ ਇੱਥੇ ਸਾਥੀ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਡਿਟੇਨ ਕਰਕੇ ਇੱਥੋਂ ਲੈ ਕੇ ਜਾਇਆ ਗਿਆ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਪੁਲਿਸ ਸਟੇਸ਼ਨ ਉਹਨਾਂ ਨੂੰ ਹਾਲਾਂਕਿ ਲੈ ਕੇ ਜਾਇਆ ਜਾਏਗਾ ਤੇ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤੇ ਸਾਫ਼ ਤੌਰ 'ਤੇ ਪੂਰਾ ਐਕਸਟਰਾ ਪੈਰਾਮਿਲਟਰੀ ਫੋਰਸਿਸ ਦੇ ਨਾਲ ਨਾਲ ਸਾਰੀ ਇੱਥੇ ਫੋਰਸ ਲਾ ਦਿੱਤੀ ਗਈ ਹੈ, ਲਾਅ ਐਂਡ ਆਰਡਰ ਨੂੰ ਮੱਦੇਨਜ਼ਰ, ਲਾਅ ਐਂਡ ਆਰਡਰ ਦੇ ਮੱਦੇਨਜ਼ਰ ਸਾਰਾ ਦੇਖਿਆ ਜਾ ਰਿਹਾ। ਸਰ ਹੁਣ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ?
ਇਹਨਾਂ ਨੂੰ ਕਿਹਾ ਸੀਗਾ ਤੁਸੀਂ ਬੈਠਣਾ ਤਾਂ ਆਪਣੀ ਪਰਮਿਸ਼ਨ ਲਿਓ, ਲੇਕਿਨ ਇਹ ਪਰਮਿਸ਼ਨ ਤੋਂ ਬਿਨਾਂ ਕਹਿੰਦੇ ਅਸੀਂ ਅੰਦਰ ਜਾਣਾ, ਐਮ ਸੀ ਆਫਿਸ ਜਾਣਾ ਸੀਗਾ। ਠੀਕ ਹੈ, ਜਬਰਦਸਤੀ ਕਰਨ ਲੱਗੇ ਸੀ ਜਿਹਨਾਂ ਨੂੰ ਅਰੈਸਟ ਕਰਕੇ ਗੱਡੀਆਂ ਬਿਠਾ ਲਿਆ। ਠੀਕ ਹੈ, ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਕਾਉਂਸਲਰ ਸੀਗੇ ਸਾਰਿਆਂ ਨੂੰ ਜਿੰਨੇ ਬਿਠਾ ਲਿਆ। ਠੀਕ ਹੈ, ਤੇ ਸਾਰੀ ਫੋਰਸ ਸਾਰੀ ਲਾ ਦਿੱਤੀ ਗਈ ਹੈ, ਫੋਰਸ ਲਾਤੀ ਆ, ਕੋਈ ਵੀ ਅੰਦਰ ਕਿਸੇ ਨੂੰ ਐਂਟਰੀ ਨਹੀਂ ਹੈ, ਅੰਦਰ ਪਰਮਿਸ਼ਨ ਨਹੀਂ ਹੈ, ਨਹੀਂ ਕੋਈ ਪਰਮਿਸ਼ਨ। ਠੀਕ ਹੈ, ਕਿਸੇ ਨੂੰ ਵੀ ਪਰਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ, ਜਿੱਦਾਂ ਸੀਨੀਅਰ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, ਪੁਲਿਸ ਐਕਸਟਰਾ ਪੈਰਾਮਿਲਟਰੀ ਫੋਰਸਿਸ ਵੀ ਇੱਥੇ ਲਾ ਦਿੱਤੀ ਗਈ ਹੈ। ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ, ਚੰਡੀਗੜ੍ਹ ਨਗਰ ਨਿਗਮ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੂਰਾ ਹੰਗਾਮਾ ਹੋਇਆ। ਚੰਡੀਗੜ੍ਹ ਪੁਲਿਸ ਦਾ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਉਹਨਾਂ ਦੇ ਸੀਨੀਅਰ ਲੀਡਰ ਦੀ ਲੀਡਰਸ਼ਿਪ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਲੇਕਿਨ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਲੇਕਿਨ ਉਹਨਾਂ ਨੂੰ ਖਦੇੜਿਆ ਗਿਆ। ਤਸਵੀਰਾਂ ਚੰਡੀਗੜ੍ਹ ਨਗਰ ਨਿਗਮ ਦੇ ਬਿਲਕੁਲ ਬਾਹਰ ਦੀ ਹੈ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ। ਅੱਜ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਸੀ ਨਗਰ ਨਿਗਮ ਦੇ ਬਾਹਰ, ਇਹ ਪ੍ਰੋਟੈਸਟ ਕਾਲ ਦਿੱਤੀ ਗਈ ਸੀ, ਜਦੋਂ ਬਾਅਦ ਇਹ ਪੂਰਾ ਹੰਗਾਮਾ ਹੋਇਆ। ਪਹਿਲਾਂ ਹਾਲਾਂਕਿ ਬੈਠੇ ਸੀਗੇ, ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ, ਲੇਕਿਨ ਦੂਜੇ ਪਾਸੇ ਜਿੱਦਾਂ ਹੀ ਉਹਨਾਂ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਨਾਲ ਦੇ ਨਾਲ ਹੀ ਉਹਨਾਂ ਨੂੰ ਚੱਕ ਲਿਆ ਗਿਆ। ਹਾਲਾਂਕਿ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।